ਤਾਂ ਮੈਂ ਜਦੋਂ ਵੀ ਆਪਾਂ ਰੋਟੀ ਖਾਂਦੇ ਨਾ ਤੂੰ ਪਹਿਲੀ ਵਾਰ ਕੇ ਮੇਰੇ ਮੂੰਹ ਚ ਹੀ ਪਾਉਂਦਾ। ਪਤਾ ਨੀ ਇਹ ਗਾਮੇ ਨੇ ਇਹਨਾਂ ਤੇ ਕੀ ਕੀਤਾ ਜੋ ਸਾਰਾ ਦਿਨ ਗਾਮੇ ਦੇ ਮਗਰ ਮਗਰ ਫਿਰਦੇ ਰਹਿੰਦੇ ਨੇ। ਮੰਮੀ ਜਦੋਂ ਮੈਨੂੰ ਪੈਸੇ ਦੇਣੇ ਹੁੰਦੇ ਡੈਡੀ ਨੇ ਉਹ ਤਾਂ ਇੰਨਾ ਕੁ ਸੁਣਾ ਦਿੰਦੇ ਆ, ਆ ਗਾਮੇ ਨੂੰ ਝੱਟ ਦੇ ਨਾ ਪੈਸੇ ਦੇ ਦਿੰਦੇ ਆ। ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ। ਹਾਂ ਜਰਨੂ ਕਰੇ। ਹਾਂ ਬੋਲ। ਘਰ ਦਾ ਰਾਸ਼ਨ ਪਾਣੀ ਵੀ ਖਤਮ ਹੋਣ ਵਾਲਾ। ਅੱਛਾ। ਤੇ ਥੋੜੀ ਘਰ ਦੀ ਮੁਰੰਮਤ ਵੀ ਕਰਵਾ ਲਵਾਂਗੇ ਤੇ ਤੁਸੀਂ ਲਾਲੇ ਤੋਂ ਪੈਸੇ ਲੈ ਆਓ। ਓਹੋ ਮੈਂ ਪਿਆ ਹੀ ਸੋਚੀ ਜਾਂਦਾ ਸੀ। ਚੱਲ ਕੋਈ ਨਹੀਂ ਮੈਂ ਕੱਲ ਨੂੰ ਜਾਊਂਗਾ, ਲਿਆਉਂਗਾ ਲਾਲੇ ਤੋਂ ਪੈਸੇ, ਨਾਲੇ ਰਾਸ਼ਨ ਲਿਆ ਦੂੰਗਾ ਤੇ ਨਾਲੇ ਆ ਘਰ ਦੀ ਮੁਰੰਮਤ ਕਰਾ ਲਵਾਂਗੇ। ਮੈਂ ਤਾਂ ਸ਼ੇਰੇ ਨੂੰ ਵੀ ਪੈਸੇ ਦੇ ਕੇ ਗਾਮਿਆ। ਹਾਂ ਬਈ ਕਿਵੇਂ ਆ? ਓਏ ਆ ਜਾ ਪੈਗ ਲੱਗ ਗਏ ਬਈ, ਮੂਡ ਜਾ ਹੈ ਨਹੀਂ ਅੱਜ ਪੈਗ ਲਾਉਣ ਦਾ। ਉਹ ਚਲ ਆ ਜਾ ਫਿਰ, ਆ ਜਾ ਆ ਜਾ ਆ ਗਿਆ। ਨਹੀਂ ਪੀਂਦਾ ਫਿਰ ਦਾਰੂ ਗਾਮਿਆ? ਨਹੀਂ ਬਈ ਮੂਡ ਜਾ ਹੈ ਨਹੀਂ ਅੱਜ ਪੈਗ ਲਾਉਣ ਦਾ। ਲੱਗਦਾ ਫਿਰ ਗਾਮਿਆ ਤੇਰੀ ਲਾਟਰੀ ਰੋਟੀ ਲੱਗ ਗਈ ਬਈ ਕੋਈ। ਸਾਡੀ ਬਈ ਕਦੀ ਗਰੀਬਾਂ ਦੀ ਲਾਟਰੀ। ਚੱਲ ਛੱਡ ਫਿਰ, ਇਹ ਦੱਸ ਘਰੇ ਗਿਆ ਸੀ ਅੱਜ ਬਈ? ਕਿਵੇਂ ਪੁਲਿਸ ਵਾਲਿਆਂ ਨੂੰ ਸਵਾਲ ਜਵਾਬ ਜੇ ਪੁੱਛੀ ਜਾਂਦਾ? ਗਾਮਿਆ ਮੈਂ ਜਿਹੜੀ ਗੱਲ ਦਾ ਜਵਾਬ ਪੁੱਛਿਆ ਨਾ ਤੈਨੂੰ, ਉਹ ਗੱਲ ਦਾ ਮੈਨੂੰ ਜਵਾਬ ਦੇ, ਘਰੇ ਗਿਆ ਸੀ ਕਿ ਨਹੀਂ ਤੂੰ? ਚਲੋ ਠੀਕ ਹੈ ਜੀ, ਜੇ ਮੇਰਾ ਭਰਾ ਪੁੱਛਦਾ ਤੇ ਆਪਾਂ ਦੱਸ ਹੀ ਦਿੰਦੇ ਹਾਂ। ਉਹ ਖੇਤਾਂ 'ਚ ਗੇੜਾ ਮਾਰ ਕੇ ਆਉਣਾ ਸੀ ਤੇ ਸਾਈਕਲ ਲੈਣ ਗਿਆ ਸੀ। ਸਾਈਕਲ ਹੀ ਲੈਣ ਗਿਆ ਸੀ ਕਿ ਕੁਛ ਹੋਰ ਵੀ? ਬਈ ਤੇਰੇ ਕਹਿਣ ਦਾ ਮਤਲਬ ਕੀ ਆ? ਲਾਲੇ ਤੋਂ 10 ਲੱਖ ਰੁਪਏ ਲੈਂਦਾ ਸੀ ਫੜ ਕੇ ਗਾਮਿਆ, ਤੇ ਘਰੋਂ ਚੋਰੀ ਹੋ ਗਿਆ। ਪਰ ਬਈ ਜੂਰੀ ਨੂੰ ਕੀ ਲੋੜ ਸੀ ਮੇਰੇ ਤੇ ਇਲਜ਼ਾਮ ਲਾਉਣ ਦੀ? ਬਈ ਮੈਂ ਹੁਣੇ ਜਾ ਕੇ ਗੱਲ ਕਰੂੰਗਾ ਜੂਰੀ ਨਾਲ। ਕੀ ਮਤਲਬ ਹੈ ਸਾਲ ਇੱਕ ਥਾਲੀ 'ਚ ਖਾ ਕੇ ਅਤੇ ਹੈਰਾਨ ਕਰਦੇ ਨਫ਼ਰਤ ਤਾਂ ਮੈਨੂੰ ਤੇਰੀ ਤੋਂ ਕਰਨਾ। ਸੱਪ ਨੂੰ ਜਿੰਨਾ ਚਿਰ ਮਰਜ਼ੀ ਦੁੱਧ ਪੀਣ ਲੱਗਾ ਮੈਂ, ਇੱਕ ਨਾ ਇੱਕ ਦਿਨ ਤਾਂ ਉਹ ਡੰਗ ਹੀ ਜਾਂਦਾ। ਬਈ ਇੰਨੀ ਗੱਲ ਕਹਿ ਕੇ ਨਾ 35 ਸਾਲਾਂ ਦੀ ਪੁਰਾਣੀ ਮਿੱਟੀ 'ਚ ਕਿਹੜੀ ਯਾਰੀ ਦੀ ਗੱਲ ਕਰਦਾ ਗਾ ਮੈਂ? ਤੂੰ ਉਹ ਯਾਰੀ ਦੀ ਗੱਲ ਕਰਦਾ ਜਿਹੜੀ ਤੂੰ ਇੱਕ ਪਲ ਵਿੱਚ ਖਤਮ ਕਰਤੀ? ਉਹ ਯਾਰੀ ਦੀ ਗੱਲ ਕਰਦਾ ਗਾ ਮੈਂ ਤੂੰ, ਅੱਜ ਤੋਂ ਬਾਅਦ ਮੈਨੂੰ ਆਪਣੀ ਸ਼ਕਲ ਨਾ ਵਿਖਾਏਗਾ ਮੈਂ।
ਦੱਸ ਕਿਉਂ? ਕੁਝ ਨਹੀਂ ਪਤਾ, ਕਲਾਸੀ ਸੀ। ਪਾਪਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਹਾਂ ਬੋਲੋ। ਪਾਪਾ ਤੁਹਾਡੇ ਪੈਸੇ ਗਾਮੇ ਚਾਚੇ ਨੇ ਸਭੋ ਵੀਰੇ ਨੇ ਚੁੱਕੇ। ਉਹਨਾਂ ਨੇ ਮੈਨੂੰ ਧਮਕੀ ਦਿੱਤੀ ਹੈ ਕਿ ਮੈਂ ਤੁਹਾਨੂੰ ਇਹ ਗੱਲ ਨਾ ਦੱਸਾਂ। ਜੋਰੇ ਨੇ ਪੈਸੇ ਚੁੱਕੇ? ਕਰਦਾ ਗੱਲ ਜੋਰੀ ਨਾਲ ਤਾਂ ਮੈਂ। ਤੈਨੂੰ ਸ਼ਰਮ ਨੀ ਆਈ ਜੋਰਿਆ? ਮੇਰੇ ਰੱਬ ਵਰਗੇ ਯਾਰ ਗਾਮੇ ਤੇ ਚੂੜੀ ਦਾ ਇਲਜ਼ਾਮ ਲਾਉਂਦੇ ਨੂੰ। ਮੈਂ ਕੀ ਕੀਤਾ ਡੈਡੀ? ਕੀ ਹੋ ਗਿਆ ਡੈਡੀ? ਤੂੰ 10 ਲੱਖ ਰੁਪਏ ਕਿਉਂ ਨਹੀਂ ਚੱਕਿਆ? ਮੈਂ ਕੁਛ ਨਹੀਂ ਚੱਕਿਆ, ਮੈਂ ਤੁਹਾਨੂੰ ਦੱਸਿਆ ਵੀ ਸੀ। ਮੈਂ ਕੁਛ ਨਹੀਂ ਕੀਤਾ। ਮੈਨੂੰ ਪੁੱਤਾ ਬਹੁਤ ਮਾਣ ਸੀ, ਤੂੰ ਮੈਨੂੰ ਮਿੱਟੀ 'ਚ ਮਿਲਾ ਤਾ। ਮੈਨੂੰ ਸ਼ਮੀ ਨੇ ਸਭ ਕੁਝ ਦੱਸਿਆ। ਇਹ ਤਾਂ ਝੂਠ ਬੋਲਦੀ ਆ। ਝੂਠ ਬੋਲਦੀ ਆ? ਹਾਂ ਹਾਂ ਮੈਂ ਚੱਕੇ ਆ ਪੈਸੇ। ਸਾਡੇ ਕੋਈ ਸੁਪਨੇ ਨਹੀਂ, ਹਰ ਵਾਰੀ ਗਾਮਾ 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 ਗਾਮੇ ਲਈ ਸਾਰਾ ਕੁਛ ਕਰੀ ਜਾਂਦੇ ਤੁਸੀਂ। ਆਪਦੇ ਪਰਿਵਾਰ ਬਾਰੇ, ਆਪਦੇ ਮੁੰਡੇ ਬਾਰੇ, ਮੁੰਡੇ ਸੁਪਨਿਆਂ ਬਾਰੇ ਕੁਛ ਨਹੀਂ ਸੋਚਦੇ ਤੁਸੀਂ। ਮੇਰਾ ਨਹੀਂ ਜੀ ਕਰਦਾ 10 ਲੱਖ ਦੀ ਗੱਡੀ 'ਚ ਘੁੰਮਣ ਨੂੰ। ਮੇਰੀ ਵੀ ਜੇਬ 'ਚ ਪੈਸੇ ਹੋਣ, ਮੇਰੇ ਕੋਲ ਵੀ ਮਹਿੰਗਾ ਫੋਨ ਹੋ, ਵਧੀਆ ਕੱਪੜੇ ਪਾਵਾਂ। ਹਰ ਵਕਤ ਗਾਮਾ 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 ਚੱਕੇ ਆ ਮੈਂ ਪੈਸੇ। ਅੱਜ ਤੋਂ ਮੇਰੀਆਂ ਨਜ਼ਰਾਂ 'ਚੋਂ ਬਹੁਤ ਗਿਰ ਗਿਆ ਜੁੜਿਆ। ਨਿਕਲ ਜਾ ਮੇਰੇ ਕੋਲ, ਨਿਕਲ ਜਾ ਮੇਰੇ ਘਰੋਂ। ਮੈਂ ਤੇਰੀ ਸ਼ਕਲ ਨਹੀਂ ਵੇਖਣਾ ਚਾਹੁੰਦਾ ਜੁੜਿਆ। ਸਭ ਤੋਂ ਪਹਿਲਾਂ ਤਾਂ ਬਾਈ ਕੋਲੇ ਜਾਣਾ, ਕੰਮ ਕੋਲੇ ਮਾਫੀ ਮੰਗਦਾ। ਬਾਪੂ ਬਾਪੂ। ਹਾਂ ਹਾਂ ਗਮ ਨੇ ਖੇਤਾਂ ਨੇ ਮੈਂ ਫਾਹਾ ਲੈ ਲਿਆ। ਗਮ ਨੇ ਫਾਹਾ ਲੈ ਲਿਆ? ਰੱਬਾਬ ਛੋੜਾ ਪੈ ਗਿਆ, ਗਮ ਨਿਮਤੇ ਟੰਗਿਆ ਰਹਿ ਗਿਆ। ਮੈਨੂੰ ਮੇਰੀ ਗਲਤੀ ਦੀ ਏਡੀ ਵੱਡੀ ਸਜ਼ਾ ਕਿਉਂ ਦਿੱਤੀ ਜਾਂਦਾ? ਮੈਨੂੰ ਮੇਰੀ ਗਲਤੀ ਸੁਧਾਰਨ ਦਾ ਇੱਕ ਮੌਕਾ ਦੇ ਦਿੰਦਾ ਜਾਂਦਾ। ਗਾਮੇ ਦੀ ਯਾਰੀ ਸਾਰੇ ਜੱਗ ਤੋਂ ਨਿਆਰੀ, ਗਾਮੇ ਦੀ ਯਾਰੀ ਸਾਰੇ ਜੱਗ ਤੋਂ ਨਿਆਰੀ, ਗਾਮੇ
दियारी गामे दियारी हाय गामे दियारी। एक्सीडेंट हो गया जिथे एक बेकसूर की जान गई है उथे एक कसूरवार की जावड़ी तो मैं कोई परवाह नहीं मरता वो मेरे लिए उस दिन गया सी जदों उन्हें मेरे रब वर्गे यार गामे ते चोरी का इल्जाम लाया सी हाँ जी किदा लगी जी वीडियो जे वीडियो वधिया लगी हो तो लाइक कमेंट शेयर जरूर कर दियो ते वीरे सबसक्राइब करना ना भुल्यो ते हाँ वीरे जे थोनू वीडियो दे विच कोई भी कमी लगी होवे तो सानू कमेंट बॉक्स दे विच जरूर दस्या करो ता कि साडी जो भी अगे वीडियो आऊगी असी उह कमी नूं उस वीडियो दे विच सुधार सकीए ते मेहनत बहुत लगदी है वीरे रात दे 1 बजे पे एडिटिंग करके ते शेयर जरूर कर दिया करो सो इन्नी गल कहिंदे होए धन्नवाद बई जी।